ਹਰੇਕ ਮਨੁੱਖ ਦੇ ਜੀਵਨ ਵਿੱਚ ਕੁਝ ਅਜਿਹੇ ਪਲ ਆਉਂਦੇ ਹੀ ਆਉਂਦੇ ਹਨ ਜਦੋਂ ਉਹ ਸੋਚਦਾ ਹੈ ਕਿ ਬਸ ਹੁਣੇ ਦੁਨੀਆ ਹੀ ਛੱਡ ਜਾਈਏ ਹੁਣ ਹੋਰ ਨਹੀਂ ਲੜਿਆ ਜਾਂਦਾ ਥੱਕ ਗਿਆ ਹਾਂ ਪਰ ਸੱਚ ਜਾਣਿਓ ਇਹ ਵਕਤੀ ਫੁਰਨੇ ਹੁੰਦੇ ਹਨ ਇਹ ਔਖੀਆਂ ਘੜੀਆਂ ਹੀ ਹੁੰਦੀਆਂ ਹਨ ਹਾਲੀ ਜੀਵਨ ਜੋਣ ਦੇ ਲਈ ਹੋਰ ਬੜੇ ਰਾਹ ਹਨ ਜੋ ਅਸੀਂ ਸੋਚੇ ਹੀ ਨਹੀਂ ਦੁੱਖਾਂ ਕਲੇਸ਼ਾਂ ਪਰੇਸ਼ਾਨੀਆਂ ਨਾਲ ਮਨ ਨਾ ਆਤੁਰ ਹੋ ਜਾਂਦਾ ਹੈ ਕਿ ਸਾਨੂੰ ਠੀਕ ਰਾਹੀ ਨਹੀਂ ਦਿਸਦਾ ਔਖੇ ਪਲ ਅਸੀਂ ਸਹਿਜ ਨਾਲ ਪਾਰ ਕਰ ਸਕੀਏ ਇਸ ਲਈ ਜਦੋਂ ਮਨ ਬਹੁਤ ਹੀ ਪਰੇਸ਼ਾਨ ਹੋਵੇ ਤਾਂ ਇਹ ਕੁਝ ਕੰਮ ਕਰਕੇ ਵੇਖੀਏ ਬਹੁਤ ਲੋਕਾਂ ਨੂੰ ਇਹਦੇ ਨਾਲ ਆਰਾਮ ਮਿਲਿਆ ਹੈ ਉਸ ਮਾਹੌਲ ਵਿੱਚੋਂ ਬਾਹਰ ਨਿਕਲੀਏ ਜੇ ਲੜਾਈ ਝਗੜਾ ਹੈ ਬੋਲ ਬੁਲਾਰਾ ਹੈ ਮਨ ਦੇ ਅੰਦਰ ਕੋਈ ਸਮਾਨ ਜੰਗ ਜਾਰੀ ਹੈ ਤਾਂ ਕਿਸੇ ਚੰਗੇ ਮਿੱਤਰ ਨੂੰ ਫੋਨ ਕਰਿਏ ਲੰਮੀ ਗੱਲਬਾਤ ਕਰੀਏ ਹੋਰ-ਹੋਰ ਪਾਸੇ ਦੀਆਂ ਗੱਲਾਂ ਪੁੱਛੀਏ ਦੱਸੀਏ ਉਸ ਦੇ ਘਰ ਮਿਲਣ ਜਾਈਏ ਗੱਲਾਂ ਬਾਤਾਂ ਕਰੀਏ ਧਿਆਨ ਹੋਰ ਪਾਸੇ ਲਾਈਏ ਸੈਰ ਕਰਨ ਜਾਈਏ ਪੈਦਲ ਲੰਮੀ ਸੈਰ ਕੋਈ ਸਾਥੀ ਮਿਲ ਜਾਵੇ ਤਾਂ ਹੋਰ ਵੀ ਚੰਗਾ ਹੈ ਨਹੀਂ ਤਾਂ ਇਕੱਲੇ ਹੀ ਤੇਜ਼ ਤੇਜ਼ ਤੁਰਿਏ ਜੇ ਉਸ ਵੇਲੇ ਬਾਹਰ ਨਾ ਜਾ ਸਕਦੇ ਹੋਈਏ ਤਾਂ ਮੰਨੋ ਕਿਸੇ ਹੋਰ ਆਹਰੇ ਲਾਈਏ ਗੁਰਬਾਣੀ ਪਾਠ ਕਰਿਏ ਸਹਿਜ ਪਾਠ ਕਰਿਏ ਕੀਰਤਨ ਸੁਣੀਏ ਚੰਗੀਆਂ ਸਾਖੀਆਂ ਕਿਤਾਬਾਂ ਪੜ੍ਹੀਏ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਲਿਖਣਾ ਸ਼ੁਰੂ ਕਰ ਦਈਏ 2 4 10 ਪੰਨੇ ਆਰਾਮ ਨਾਲ ਲਿਖ ਲਿਖ ਕੇ ਭਰ ਦਈਏ ਮੁਸਕਰਾਉਣ ਦੀ ਕੋਸ਼ਿਸ਼ ਕਰਿਏ ਕੋਈ ਪੁਰਾਣਾ ਹਸੀਨ ਪਲ ਯਾਦ ਕਰਿਏ ਖੁਸ਼ੀ ਖੁਸ਼ੀ ਦੇ ਪਲਾਂ ਦੀ ਪ੍ਰਾਣੀ ਯਾਦ ਆਪਣੇ ਦਿਮਾਗ ਵਿੱਚ ਲਾਈਏ ਲੰਮੇ ਤੇ ਗਹਿਰੇ ਸਾਹ ਲਈਏ ਧਿਆਨ ਸਾਹ ਦੇ ਅੰਦਰ ਬਾਹਰ ਆਉਣ ਜਾਣ ਤੇ ਟਿਕਾਈਏ ਅਤੇ ਕੁਛ ਚਿਰ ਸਾਹ ਅੰਦਰ ਰੋਕੀਏ ਫਿਰ ਛੱਡਿਏ ਜੇਂ ਜੀ ਵੀ ਗੱਲ ਨਾ ਬਣੇ ਤਾਂ ਆਪਣੀ ਡਾਇਰੀ ਲਿਖੀਏ ਲਿਖੀਏ ਮੈਂ ਅੱਜ ਬਹੁਤ ਪਰੇਸ਼ਾਨ ਹਾਂ ਕਿਉਂਕਿ ਨੰਬਰ 1 2 3 ਕਰਕੇ ਉਹ ਸਾਰੀਆਂ ਗੱਲਾਂ ਲਿਖ ਦਈਏ ਫਿਰ ਕੁਛ ਚਿਰ ਲਈ ਸਿਮਰਨ ਭਗਤੀ ਕਰਕੇ ਉਹਨਾਂ ਸਮੱਸਿਆਵਾਂ ਦੇ ਹੱਲ ਸੋਚੀਏ ਤੇ ਲਿਖੀਏ ਹੁਣ ਪਰੇਸ਼ਾਨੀ ਬਾਰੇ ਨਹੀਂ ਸੋਚਣਾ ਸਗੋਂ ਉਸਦੇ ਹੱਲ ਬਾਰੇ ਸੋਚਣਾ ਸ਼ੁਰੂ ਕਰੀਏ ਹੱਲ ਮਿਲਣਗੇ ਜ਼ਰੂਰ ਮਿਲਣਗੇ ਸੋਚੋ ਇਹ ਪਰੇਸ਼ਾਨੀ ਮੇਰੇ ਤੋਂ ਪਹਿਲਾਂ ਹੋਰ ਕਈਆਂ ਤੇ ਵੀ ਆਈ ਹੋਵੇਗੀ ਜੇ ਉਹ ਇਸ ਵਿੱਚੋਂ ਸਫਲਤਾ ਨਾਲ ਜੂਝ ਕੇ ਬਾਹਰ ਨਿਕਲੇ ਹਨ ਤਾਂ ਮੈਂ ਵੀ ਨਿਕਲ ਸਕਦਾ ਹਾਂ ਯਾਦ ਰੱਖਿਏ ਕਦੇ-ਕਦੇ ਪਰੇਸ਼ਾਨੀ ਜਾਂ ਗੁੱਸੇ ਸਮੇਂ ਸਾਡੇ ਅੰਦਰ ਵਾਧੂ ਤਾਕਤ ਪੈਦਾ ਹੁੰਦੀ ਹੈ ਤੁਰਨ-ਫਿਰਨ ਨਾਲ ਸਰੀਰਕ ਕੰਮ ਕਰਨ ਨਾਲ ਇਹ ਖਪਤ ਹੁੰਦੀ ਹੈ ਮਨ ਨੂੰ ਕਿਸੇ ਹੋਰ ਪਾਸੇ ਲਾਉਣਾ ਅਤੇ ਵਾਧੂ ਤਾਕਤ ਨੂੰ ਖਪਤ ਕਰਨਾ ਹੀ ਦੋ ਮੁੱਖ ਰਾਹ ਹੁੰਦੇ ਹਨ ਔਕੇ ਬਲਾਂ ਵਿੱਚੋਂ ਬਾਹਰ ਨਿਕਲਣ ਲਈ ਸੋ ਦੋਸਤੋ ਮੈਨੂੰ ਉਮੀਦ ਹੈ ਕਿ ਆਪ ਨੂੰ ਇਹ ਗੱਲਾਂ ਜ਼ਰੂਰ ਚੰਗੀਆਂ ਲੱਗੀਆਂ ਹੋਣਗੀਆਂ ਦੋਸਤੋ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਭ ਦੇ ਨਾਲ ਸ਼ੇਅਰ ਕਰਨਾ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ